ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਆਪਾਂ ਲਾਲਾ ਧਨੀ ਰਾਮ ਚਾਤ੍ਰਿਕ ਜੀ ਦੀ ਕਵਿਤਾ ਰਾਧਾ ਸੰਦੇਸ਼ ਪੜ੍ਹਾਂਗੇ। ਇਹ ਹਨ ਲਾਲਾ ਧਨੀ ਰਾਮ ਚਾਤ੍ਰਿਕ ਤੇ ਇਹਨਾਂ ਦੀ ਕਵਿਤਾ ਆਪਾਂ ਕਿਹੜੀ ਪੜ੍ਹਾਂਗੇ? ਰਾਧਾ ਸੰਦੇਸ਼। ਇਸ ਵਿੱਚ ਆਪਾਂ ਦੇਖਦੇ ਹਾਂ ਕਵਿਤਾ ਵਿੱਚ ਕਿ ਜਿਹੜਾ ਕੰਸ ਹੈ ਉਸਨੂੰ ਮਾਰਨ ਲਈ ਕ੍ਰਿਸ਼ਨ ਜੀ ਬ੍ਰਜ ਛੱਡ ਕੇ ਮਥੁਰਾ ਚਲੇ ਜਾਂਦੇ ਹਨ ਤੇ ਕੰਸ ਨੂੰ ਮਾਰ ਕੇ ਮਥੁਰਾ ਦੇ ਰਾਜ ਪ੍ਰਜਬੰਧ ਵਿੱਚ ਜੁਟ ਜਾਂਦੇ ਹਨ। ਉਸ ਟਾਈਮ ਬ੍ਰਜ ਤੋਂ ਗੋਪੀਆਂ ਦੇ ਵੱਲੋਂ ਸੁਨੇਹੇ ਤੇ ਸੁਨੇਹੇ ਆਉਂਦੇ ਹਨ। ਅੰਤ ਕ੍ਰਿਸ਼ਨ ਜੀ ਉਦੋਂ ਨੂੰ ਭੇਜਦੇ ਹਨ ਕਿ ਜਾ ਕੇ ਉਹਨਾਂ ਨੂੰ ਸਾਡੀ ਲਾਚਾਰੀ ਦੱਸ ਕਿ ਕ੍ਰਿਸ਼ਨ ਜੀ ਉਹਨਾਂ ਨੂੰ ਇਸ ਟਾਈਮ ਮਿਲਣ ਨਹੀਂ ਆ ਸਕਦੇ ਤੇ ਉਹਨਾਂ ਨੂੰ ਗਿਆਨ ਉਪਦੇਸ਼ ਦੇ ਕੇ ਆਓ। ਉਦੋਂ ਰਾਧਾ ਲਈ ਗਿਆਨ ਦਾ ਉਪਦੇਸ਼ ਲੈ ਕੇ ਆਉਂਦੇ ਹਨ ਕ੍ਰਿਸ਼ਨ ਜੀ ਵੱਲੋਂ ਭੇਜਿਆ। ਉਦੋਂ ਕੌਣ ਹੈ? ਕ੍ਰਿਸ਼ਨ ਜੀ ਦਾ ਮਿੱਤਰ। ਤਾਂ ਉਹ ਜਦੋਂ ਰਾਧਾ ਖਿੱਚ ਕੇ ਜੋ ਗੱਲਾਂ ਉਦੋਂ ਨੂੰ ਕਹਿੰਦੀ ਹੈ ਉਹ ਆਪਾਂ ਇਸ ਸਾਰੀ ਕਵਿਤਾ ਵਿੱਚ ਪੜ੍ਹਦੇ ਹਾਂ। ਆਓ ਇੱਥੇ ਦੇਖਦੇ ਹਾਂ ਕਿ ਰਾਧਾ ਵੱਲੋਂ ਉਦੋਂ ਨੂੰ ਕਹੀਆਂ ਗਈਆਂ ਗੱਲਾਂ। ਉਦੋਂ ਕਾਂਡ ਦੀ ਗੱਲ ਸੁਣਾ ਸਾਨੂੰ, ਕਾਨੂੰ ਚਿਣਗ ਚੁਆਤੀਆਂ ਲਾਈਆਂ ਹਨ। ਚਿਣਗ ਚੁਆਤੀਆਂ ਕੀ ਹੈ? ਦੁੱਖਾਂ ਨੂੰ ਹੋਰ ਤੇਜ਼ ਕਰਨਾ। ਇੱਥੇ ਰਾਧਾ ਕਹਿੰਦੀ ਹੈ ਉਦੋਂ ਨੂੰ ਕਿ ਸਾਨੂੰ ਕ੍ਰਿਸ਼ਨ ਜੀ ਦੀ ਕੋਈ ਗੱਲ ਸੁਣਾ, ਕਾਨੂੰ ਤੂੰ ਸਾਡੇ ਦੁੱਖਾਂ ਨੂੰ ਹੋਰ ਸੁਲਗਾ ਰਿਹਾ ਹੈ। ਮਸਾਂ ਮਸਾਂ ਆਠਣ ਲੱਗੇ ਘਾਓ ਲੱਗੇ, ਨਵੀਆਂ ਨਸ਼ਤਰਾਂ ਆਣ ਚਲਾਈਆਂ। ਨਵੀਂ ਨਸ਼ਤਰਾਂ ਕੀ? ਨਵੀਆਂ ਗੱਲਾਂ ਛੇੜਨੀਆਂ, ਪੁਰਾਣੇ ਦੁੱਖਾਂ ਨੂੰ ਦੁਬਾਰਾ। ਜਿਹੜੀ ਰਾਧਾ ਹੈ ਉਹ ਉਦੋਂ ਨੂੰ ਕਹਿੰਦੀ ਹੈ ਕਿ ਤੂੰ ਆ ਕੇ ਕੋਈ ਹੋਰ ਗੱਲ ਸੁਣਾ, ਕਿਉਂ ਸਾਡੇ ਜਿਹੜੇ ਘਾਓ ਜ਼ਖਮ ਹਨ ਵਿਛੋੜੇ ਦੇ ਉਹ ਹੁਣ ਠੀਕ ਹੋਣ ਲੱਗੇ ਸੀ। ਮਸਾਂ ਮਸਾਂ ਆ ਕੇ ਉਹਨਾਂ ਨੂੰ ਨਵੀਆਂ ਗੱਲਾਂ ਸੁਣਾ ਕੇ ਕਿਉਂ ਦੁਬਾਰਾ ਛੇੜ ਰਿਹਾ ਹੈ। ਅਸੀਂ ਕਾਲਜਾਂ ਘੁੱਟ ਕੇ ਬਹਿ ਗਏ ਸਾਂ, ਮੁੜ ਕੇ ਸੁੱਤੀਆਂ ਕਲਾ ਜਗਾਈਆਂ। ਸੁੱਤੀਆਂ ਕਲਾ ਕੀ ਹੈ? ਗੜੇ ਮੁੜਦੇ ਉਖਾੜਨਾ। ਇੱਥੇ ਰਾਧਾ ਕਹਿੰਦੀ ਹੈ ਉਦੋਂ ਨੂੰ ਕਿ ਅਸੀਂ ਤਾਂ ਆਪਣਾ ਕਾਲਜਾਂ ਘੁੱਟ ਕੇ ਭਾਵ ਸਬਰ ਕਰਕੇ ਬਹਿ ਗਏ ਸਾਂ, ਪਰ ਤੂੰ ਆ ਕੇ ਮੁੜ ਸਾਡੇ ਵਿਛੋੜੇ ਵਾਲੇ ਪ੍ਰੇਮ ਨੂੰ ਜਗਾ ਦਿੱਤਾ। ਤੇਰੇ ਗਿਆਨ ਦੀ ਪੁੜੀ ਨਹੀਂ ਕਾਟ ਕਰਦੀ, ਇਹਨਾਂ ਪੀੜਾਂ ਦੀ ਹੋਰ ਦਵਾਈ ਨੀ। ਜਿਹੜਾ ਕ੍ਰਿਸ਼ਨ ਜੀ ਨੇ ਸਾਡੇ ਲਈ ਤੇਰੇ ਹੱਥੋਂ ਸੰਦੇਸ਼ ਭੇਜਿਆ ਹੈ, ਇਹ ਗਿਆਨ ਦੀ ਪੁੜੀ ਸਾਡੇ ਜ਼ਖਮਾਂ ਦੀ ਕਾਟ ਨਹੀਂ ਕਰਦੀ। ਸਾਡੇ ਤੈਨੂੰ ਕ੍ਰਿਸ਼ਨ ਨੂੰ ਆਪ ਪਤਾ ਹੈ ਕਿ ਸਾਡੇ ਵਿਛੋੜੇ ਵਾਲੇ ਦੁੱਖਾਂ ਦੀ ਦਵਾਈ ਕੀ ਹੈ। ਆਪ ਆਉਣ ਦੀ ਜੇ ਨਹੀਂ ਨੀਤ ਉਸਦੀ, ਕਾਨੂੰ ਗੋਕੁਲ ਤੋਂ ਮਿੱਟੀ ਝਾੜਦਾ ਹੈ। ਗੋਕੁਲ ਤੋਂ ਮਿੱਟੀ ਝਾੜਨਾ ਕੀ ਹੈ? ਮਨ ਪਰਚਾਵੇ ਵਾਲੀਆਂ ਗੱਲਾਂ ਕਰਨੀ, ਦਿਲਾਸੇ ਦੇਣਾ। ਕਹਿੰਦੀ ਜੇ ਉਹ ਆਪ ਨਹੀਂ ਆ ਸਕਦਾ, ਆਪ ਕੌਣ? ਕ੍ਰਿਸ਼ਨ ਜੀ ਨਹੀਂ ਆ ਸਕਦੇ ਤਾਂ ਕਾਨੂੰ ਸਾਨੂੰ ਝੂਠੇ ਦਿਲਾਸੇ ਦੇ ਰਿਹਾ ਹੈ। ਜੇਕਰ ਅੱਗ ਨੂੰ ਨਹੀਂ ਬੁਝਾਉਣ ਜੋਗਾ, ਪਾਪਾ ਕਿਉਂ ਤੇਲ ਨੂੰ ਸਾੜਦਾ ਹੈ। ਇੱਥੇ ਰਾਧਾ ਕੀ ਕਹਿੰਦੀ ਹੈ ਕਿ ਜੇਕਰ ਕ੍ਰਿਸ਼ਨ ਜੀ ਆ ਕੇ ਸਾਡੇ ਵਿਛੋੜੇ ਦੀ ਅੱਗ ਨੂੰ ਆਪ ਸ਼ਾਂਤ ਨਹੀਂ ਕਰ ਸਕਦੇ ਤਾਂ ਉਹ ਫਿਰ ਕਿਉਂ ਸਾਡੇ ਦੁੱਖਾਂ ਨੂੰ ਹੋਰ ਤੇਲ ਪਾ ਪਾ ਕੇ ਜਲਾ ਰਿਹਾ ਹੈ? ਭਾਵ ਸਾਨੂੰ ਹੋਰ ਆਪਣੀ ਯਾਦ ਕਿਉਂ ਦਿਲਾ ਰਿਹਾ ਹੈ? ਉਸਨੂੰ ਆਖ ਅੱਖੀ ਆਖ ਦੇਖ ਜਾਏ, ਸਾਨੂੰ ਪੂੰਜ ਦੇ ਵਾਂਗ ਕੁਰਲਾਉਂਦਿਆਂ ਨੂੰ। ਪੂੰਜ ਦੇ ਵਾਂਗ ਕੁਰਲਾਉਂਦਿਆਂ ਨੂੰ ਕੀ ਹੈ? ਵਿਛੋੜੇ ਵਿੱਚ ਤੜਫਦਿਆਂ ਨੂੰ। ਇੱਥੇ ਰਾਧਾ ਉਦੋਂ ਨੂੰ ਕਹਿੰਦੀ ਹੈ ਕਿ ਕ੍ਰਿਸ਼ਨ ਜੀ ਨੂੰ ਆਖ ਕਿ ਉਹ ਆਪ ਆ ਕੇ ਦੇਖੇਗੀ ਅਸਾਂ ਕਿਸ ਤਰ੍ਹਾਂ ਪੂੰਜ ਵਾਂਗ ਕੁਰਲਾ ਰਹੀਆਂ ਹਨ, ਭਾਵ ਉਸਦੇ ਵਿਛੋੜੇ ਦਾ ਦੁੱਖ ਸਹਿ ਰਹੀਆਂ ਹਨ। ਵਾਟਾਂ ਵੇਂਹਦੀਆਂ ਓਸੀਆਂ ਪਾਉਂਦੀਆਂ ਨੂੰ, ਤਾਰੇ ਗਿਣ ਗਿਣ ਕੇ ਰਾਤਾਂ ਲੰਘਾਉਂਦੀਆਂ ਨੂੰ। ਵਾਟਾਂ ਵੇਂਹਦੀਆਂ ਕੀ ਹੈ? ਵਾਟਾਂ ਵੇਹਣਾ ਕੀ ਹੈ? ਰਸਤੇ ਵੇਖਦੀਆਂ ਓਸੀਆਂ ਕੀ ਹੈ? ਅੱਡੀਆਂ ਚੁੱਕ ਚੁੱਕ ਕੇ ਦੇਖਣਾ, ਭਾਵ ਤੀਬਰ ਉਸਦੀ ਵਾਟਾਂ ਵੇਂਹਦੀਆਂ ਓਸੀਆਂ ਪਾਉਂਦੀਆਂ ਨੂੰ, ਤਾਰੇ ਗਿਣ ਗਿਣ ਕੇ ਰਾਤਾਂ ਲੰਘਾਉਂਦੀਆਂ ਨੂੰ। ਭਾਵ ਕਿ ਅਸੀਂ ਉਸਦੀਆਂ ਅੱਡੀਆਂ ਚੱਕ ਚੱਕ ਕੇ ਰਸਤਾ ਉਡੀਕ ਰਹੀਆਂ ਹਨ, ਪਰ ਉਹ ਕੀ ਹੈ ਤੇ ਮੈਂ ਉਸਦੀ ਯਾਦ ਵਿੱਚ ਕੀ ਹੈ? ਰਾਤਾਂ ਨੂੰ ਤਾਰੇ ਗਿਣ ਗਿਣ ਕੇ ਰਾਤਾਂ ਕੱਢਦੀ ਹਾਂ। ਸਾਂਗਾਂ ਸਹਿੰਦੀਆਂ, ਸਾਂਗਾਂ ਦਾ ਮਤਲਬ ਕੀ ਹੈ? ਬਾਣ ਸਹਿੰਦੀਆਂ, ਜਿੰਦ ਲੜਛਾਉਂਦੀਆਂ ਨੂੰ, ਘੁਲ ਘੁਲ ਹਿਜਰ ਵਿੱਚ ਮੁੱਕਦੀਆਂ ਜਾਂਦੀਆਂ ਨੂੰ। ਇੱਥੇ ਉਹ ਕੀ ਹੈ? ਵਿਛੋੜੇ ਦੇ ਵਾਣ ਸਹਿੰਦੀ ਹੈ ਤੇ ਜਿੰਦ ਨੂੰ ਲੜਛਾਉਂਦੀ ਹੈ, ਘੁਲ ਘੁਲ ਹਿਜਰ ਵਿੱਚ ਮੁੱਕਦੀਆਂ ਜਾਂਦੀਆਂ ਹਨ। ਭਾਵ ਉਸਦਾ ਹਿਜਰ, ਜਿਹੜਾ ਹਿਜਰ ਕੀ ਹੈ? ਵਿਛੋੜੇ ਵਿੱਚੋਂ ਘੁਲਦੀ ਜਾ ਰਹੀ ਹੈ। ਫੁੱਟ ਗਿਆ ਨਸੀਬ ਤੇ ਝੁਰਦਿਆਂ ਨੂੰ, ਘਰੋਂ ਕੱਢ ਬਰਕਤ ਪਛਤਾਉਂਦੀਆਂ ਨੂੰ। ਹੁਣ ਰਾਧਾ ਪਛਤਾਉਂਦੀ ਹੈ ਕਿਉਂ
ਕਿ ਰਾਧਾ ਨੇ ਕ੍ਰਿਸ਼ਨ ਨੂੰ ਘਰੋਂ ਬਰਕਤ ਰੂਪੀ ਕ੍ਰਿਸ਼ਨ ਨੂੰ ਘਰੋਂ ਕੱਢ ਕੇ ਹੁਣ ਰਾਧਾ ਆਪਣੇ ਕਰਮਾਂ ਨੂੰ ਪਛਤਾ ਰਹੀ ਹੈ। ਤੂੰ ਤਾਂ ਮਥੁਰਾ ਦੀਆਂ ਕੁੰਜੀਆਂ ਸਾਂਭ ਬੈਠੋ, ਇੱਧਰ ਗੋਕਲ ਨੂੰ ਵੱਜ ਗਏ ਜੰਦਰੇ। ਹੁਣ ਰਾਧਾ ਕੀ ਕਹਿੰਦੀ ਹੈ, ਕ੍ਰਿਸ਼ਨ ਜੀ ਨੂੰ ਜਾ ਕੇ ਸੰਦੇਸ਼ ਦੇ ਕਿ ਤੂੰ ਤਾਂ ਜਾ ਕੇ ਮਥੁਰਾ ਵਿੱਚ ਮਥੁਰਾ ਦਾ ਰਾਜਪਾਠ ਸਾਂਭ ਲਿਆ ਹੈ, ਪਰ ਇੱਥੇ ਗੋਕੁਲ ਦੀ ਰੌਣਕ ਨੂੰ ਜੰਦਰੇ ਵੱਜ ਗਏ ਹਨ। ਜਾ ਕੇ ਘਰਾਂ ਵੱਲ ਮੁੜਨ ਦੀ ਜਾਚ ਭੁੱਲ ਗਈ, ਕਿਉਂ ਗਏ ਨਿਕਲ ਕਿਉਂ ਗਿਓ ਕਿਹੜੇ ਵਾਰ ਚੰਦਰੇ। ਹੁਣ ਰਾਧਾ ਕਹਿੰਦੀ ਹੈ ਕਿ ਤੂੰ ਕਿਹੜੇ ਅਜਿਹੇ ਚੰਦਰੇ ਦਿਨ ਇੱਥੋਂ ਚਲਾ ਗਿਆ, ਕਿੱਥੋਂ ਗੋਕਲ ਤੋਂ ਕਿੱਥੇ ਮਥੁਰਾ ਵਿੱਚ, ਕਿ ਜਿਹੜਾ ਤੈਨੂੰ ਹੁਣ ਮੁੜਨ ਦੀ ਜਾਚ ਹੀ ਨਹੀਂ ਰਹੀ। ਗੱਲਾਂ ਨਾਲ ਕੀ ਪਿਆ ਪਰਚਾਉਂਦਾ ਏ, ਉਸਦੇ ਪਿਆਰ ਨੂੰ ਅਸਾ ਪਰਤਾ ਲਿਆ। ਪਰਤਾਣੇ ਦਾ ਮਤਲਬ ਕੀ ਹੈ, ਭਾਫ ਲਿਆ ਜਾਂ ਉਹਦੀ ਪ੍ਰੀਖਿਆ ਲੈ ਲਈ ਪਿਆਰ ਦੀ। ਇੱਥੇ ਰਾਧਾ ਕਹਿੰਦੀ ਹੈ ਕਿ ਕ੍ਰਿਸ਼ਨ ਜਾ ਕੇ ਕਹਿ ਦੇ ਕਿ ਸਾਨੂੰ ਆਪਣੇ ਸੰਦੇਸ਼ ਨਾਲ ਗੱਲਾਂ ਨਾਲ ਕੀ ਪਰਚਾਉਂਦਾ ਪਿਆ ਹੈ, ਮੈਂ ਪਰਤਾ ਲਿਆ ਹੈ, ਤੇਰੇ ਪਿਆਰ ਨੂੰ ਪਰਖ ਲਿਆ ਹੈ ਕਿ ਕਿਹੋ ਜਿਹਾ ਹੈ। ਮਾਰੇ ਕੁਕਜਾਂ ਦੀ ਹਿੱਕੇ ਇਹ ਗਿਆਨ ਗੋਲੀ, ਜਿਹੜੀ ਇਹ ਗਿਆਨ ਗੋਲੀ ਤੂੰ ਸਾਡੇ ਲਈ ਭੇਜ ਰਿਹਾ ਹੈ ਨਾ, ਇਹ ਤੇ ਕੁਬਜਾ ਕਿਹੜੀ ਕੁਬੀ ਮਾਲਣ ਦੇ ਬੂਹ ਕੁਬੀ ਮਾਲਣ ਦੇ ਮਾਰ ਜਿਵੇਂ ਬੂਹੇ ਵੜਦਿਆਂ, ਭਾਵ ਮਥੁਰਾ ਵਿੱਚ ਜਾਂਦਿਆਂ ਹੀ ਤੈਨੂੰ ਭਰਮਾ ਲਿਆ। ਉਦੋਂ ਕੋਰੜੂ ਮੋਠ ਵਿੱਚ ਮੋਹ ਪਾ ਕੇ ਅਸਾਂ ਆਪਣਾ ਆਪ ਗੁਆ ਲਿਆ। ਇੱਥੇ ਉਦੋਂ ਨੂੰ ਰਾਧਾ ਕਹਿੰਦੀ ਹੈ ਕਿ ਕ੍ਰਿਸ਼ਨ ਤਾਂ ਕੋਰੜੂ ਮੋਠ ਹੈ ਜਿਸ ਤੇ ਉਸਦੇ ਪਿਆਰ ਦਾ ਕੋਈ ਅਸਰ ਨਾ ਪਿਆ, ਉਸ ਨਾਲ ਪਿਆਰ ਪਾ ਕੇ ਅਸੀਂ ਤਾਂ ਆਪਣਾ ਆਪ ਹੀ ਗਵਾ ਲਿਆ। ਦੁੱਖਾਂ ਪੀ ਲਿਆ, ਗਮਾਂ ਨੇ ਖਾ ਲਿਆ, ਕੁੰਦਨ ਕੁੰਦਨ ਦਾ ਮਤਲਬ ਕੀ ਹੈ, ਸੋਨਾ, ਦੇਹੀ ਨੂੰ ਰੋਗ ਜਿਹਾ ਲਾ ਲਿਆ। ਇੱਥੇ ਰਾਧਾ ਕਹਿੰਦੀ ਹੈ ਕਿ ਮੈਨੂੰ ਮੇਰੀ ਕੁੰਦਨ ਦੇਹੀ ਨੂੰ, ਸੋਨੇ ਵਰਗੇ ਸਰੀਰ ਨੂੰ ਦੁੱਖਾਂ ਨੇ ਪੀ ਲਿਆ, ਗਮਾਂ ਨੇ ਖਾ ਲਿਆ ਤੇ ਸਰੀਰ ਨੂੰ ਕੁੰਦਨ ਦੇਹੀ ਨੂੰ ਇੱਕ ਰੋਗ ਜਿਹਾ ਲੱਗ ਗਿਆ। ਇਹਨਾਂ ਤਿਲਾਂ ਵਿੱਚ ਤੇਲ ਹੁਣ ਨਹੀਂ ਜਾਪਦਾ, ਸਾਰਾ ਹੀਜ ਪਿਆਰ ਮੈਂ ਟੋ ਲਿਆ। ਤਿਲਾਂ ਵਿੱਚ ਤੇਲ ਕੀ ਹੈ, ਕੰਮ ਸਿਰੇ ਚੜ੍ਹਨ ਦੀ ਆਸ ਨਾ ਹੋਣਾ। ਹੁਣ ਰਾਧਾ ਇੱਥੇ ਕਹਿੰਦੀ ਹੈ ਕਿ ਮੈਨੂੰ ਇਹ ਹੁਣ ਨਹੀਂ ਜਾਪਦਾ ਕਿ ਕਦੇ ਵੀ ਕ੍ਰਿਸ਼ਨ ਮੁੜ ਵਾਪਸ ਆਏਗਾ। ਮੈਂ ਆਪਣਾ ਪਿਆਰ ਸਾਰਾ ਜੋ ਹੈ ਆਪਣੇ ਪਿਆਰ ਨੂੰ ਸ਼ਾਂਤੀ ਦੇ ਲਈ ਹੈ, ਆਪਣੇ ਦਿਲ ਨੂੰ ਦਿਲਾਸਾ ਦੇ ਲਿਆ ਹੈ। ਹੱਛਾ ਸੁੱਖ ਜਿੱਥੇ ਜਾਏ ਘੁੱਗ ਵਸੇ, ਸਾਡੇ ਦਿਲੋਂ ਵੀ ਕਿਸੇ ਨੇ ਖੋ ਲਿਆ। ਹੁਣ ਇੱਥੇ ਰਾਧਾ ਕਹਿੰਦੀ ਹੈ ਕਿ ਮੈਂ ਆਪਣੇ ਦਿਲ ਨੂੰ ਸਮਝਾ ਲਿਆ ਹੈ, ਚਲੋ ਅਸੀਂ ਇਹੀ ਕਹਿੰਦੇ ਹਾਂ ਕਿ ਕ੍ਰਿਸ਼ਨ ਜਿੱਥੇ ਜਾਏ ਸੁਖੀ ਵਸੇ, ਅਸੀਂ ਆਪਣੇ ਦਿਲ ਨੂੰ ਸਮਝਾ ਲਿਆ। ਆਖੀ ਕੱਚਿਆਂ ਸੱਚ ਨੂੰ ਲਾਜ ਲਾਇਓ, ਸੁਖਣ ਪਾਲੋਂ ਵੀ ਬਸ ਰਹਿ ਗਿਓ। ਕ੍ਰਿਸ਼ਨ ਜੀ ਨੂੰ ਆਖੀ ਕਿ ਤੂੰ ਆਪਣੇ ਜਿਹੜਾ ਹੈ ਗੱਲ ਵੀ ਨਹੀਂ ਪਾਲੀ, ਕਿ ਤੂੰ ਆਪਣਾ ਵਾਅਦਾ ਨਹੀਂ ਨਿਭਾਇਆ, ਤੂੰ ਮੈਨੂੰ ਛੱਡ ਕੇ ਚਲਾ ਗਿਆ। ਕਾਲੇ ਭੋਰ ਦੀ ਬਾਣ ਨਾ ਗਈ ਤੇਰੀ, ਕਾਲੇ ਭੋਰ ਜਿੱਥੇ ਫੁੱਲ ਡਿੱਠਾ ਉੱਥੇ ਬਹਿ ਗਿਓ। ਭਾਵ ਉਸਨੇ ਕ੍ਰਿਸ਼ਨ ਜੀ ਨੂੰ ਕਾਲਾ ਭੋਰ ਕਿਹਾ ਹੈ, ਜਿਵੇਂ ਕਾਲਾ ਭੋਰ ਜਿੱਥੇ ਫੁੱਲ ਦੇਖਦਾ ਹੈ ਉੱਥੇ ਹੀ ਬੈਠ ਜਾਂਦਾ ਹੈ, ਉਸੇ ਤਰ੍ਹਾਂ ਕ੍ਰਿਸ਼ਨ ਜੀ ਹਨ, ਜਿੱਥੇ ਕੋਈ ਸੁੰਦਰ ਇਸਤਰੀ ਦੇਖੀ ਉੱਥੇ ਆਪਣਾ ਦਿਲ ਲਾ ਲਿਆ। ਸਾਨੂੰ ਗਿਆਨ ਦੇ ਖੂਹਾਂ ਵਿੱਚ ਦੇਈ ਧੱਕੇ, ਆਪ ਮਾਲਣ ਦੇ ਰੋਡ ਵਿੱਚ ਵਹਿ ਗਿਓ। ਸਾਨੂੰ ਤੂੰ ਗਿਆਨ ਦੇ ਖੂਹ ਵਿੱਚ ਧੱਕੇ ਦੇ ਰਿਹਾ ਹੈ ਤੇ ਆਪ ਤੂੰ ਮਾਲਣ ਦੇ ਪਿਆਰ ਵਿੱਚ ਰੁੜ ਗਿਆ, ਵਹਿ ਗਿਆ। ਡੰਗਰ ਚਾਰਦਾ ਵੜ ਗਿਓ ਸ਼ੀਸ਼ ਮਹਿਲੀ, ਤੂੰ ਇੱਥੇ ਬ੍ਰਜ ਵਿੱਚ ਜਿਹੜਾ ਡੰਗਰ ਚਾਰਦਾ ਹੁੰਦਾ ਸੀ, ਹੁਣ ਮਥੁਰਾ ਵਿੱਚ ਜਾ ਕੇ ਸ਼ੀਸ਼ ਮਹਿਲ ਵਿੱਚ ਬੈਠ ਗਿਆ, ਘੋਟ ਘੋਟ ਗੱਲਾਂ ਕਰਨੀ ਡਹਿ ਗਿਓ ਵੀ। ਹੁਣ ਤੂੰ ਗੱਲਾਂ ਵੀ ਬੜੀ ਵੱਟ ਵੱਟ ਕੇ ਕਰਨ ਲੱਗ ਗਿਆ ਹੈ। ਹੱਛਾ ਕੰਸ ਦੀਆਂ ਗੱਦੀਆਂ ਸਾਂਭੀਆਂ ਨੇ, ਸਾਡੇ ਵੀ ਅੰਗ ਕੁਝ ਪਾਲ ਛੱਡੋ ਦੋ। ਤੇ ਹੁਣ ਇੱਥੇ ਕੀ ਕਹਿੰਦੀ ਹੈ ਕਿ ਤੂੰ ਜਿਹੜਾ ਹੈ ਉੱਥੇ ਗੱਦੀਆਂ ਸਾਂਭ ਲਈਆਂ ਹਨ, ਪਰ ਸਾਡੇ ਨਾਲ ਵੀ ਅੰਗ ਕੀ ਹੈ, ਸਾਥ ਕੁਝ ਨਿਭਾ ਲੈਂਦਾ। ਕੋਈ ਮਹਿਲਾਂ ਦੀ ਲੂਹਾ ਨਹੀਂ ਲਾ ਖੜਦਾ, ਦੋ ਦਿਨ ਸਾਨੂੰ ਵੀ ਧੌਲ ਦਿਖਾ ਦਿੰਦਾ। ਧੌਲ ਦਾ ਮਤਲਬ ਕੀ ਹੈ, ਮਹਿਲ। ਇੱਥੇ ਉਹ ਕਹਿੰਦੀ ਹੈ ਕਿ ਕ੍ਰਿਸ਼ਨ ਜੀ ਨੂੰ ਕਿ ਤੂੰ ਸਾਡੇ ਨਾਲ ਵੀ ਦੋਸਤੀ ਨਿਭਾ ਲੈਂਦਾ, ਜੇ ਸਾਨੂੰ ਵੀ ਦੋ ਦਿਨ ਮਹਿਲ ਦਿਖਾ ਲੈਂਦਾ, ਅਸੀਂ ਕੋਈ ਉਸਦੀ ਸਜਾਵਟ ਲਾ ਕੇ ਲੈ ਨਹੀਂ ਆਉਣੀ ਸੀ। ਆਖੀ ਪ੍ਰੇਮ ਇਹ ਪਿੱਛਾ ਨਹੀਂ ਮੁੜਨ ਜੋਗਾ, ਬੇੜੇ ਸਿਦਕ ਦੇ ਠਿਲਦੇ ਰਹਿਣਗੇ ਵੇ। ਹੁਣ ਰਾਧਾ ਉਦੋਂ ਨੂੰ ਕਹਿੰਦੀ ਹੈ ਕਿ ਕ੍ਰਿਸ਼ਨ ਜੀ ਨੂੰ ਜਾ ਕੇ ਆਖੀ ਕਿ ਅਸੀਂ ਸਿਦਕ ਦੇ ਬੇੜੇ ਵਿੱਚ ਬੈਠ ਕੇ ਸਦਾ ਉਸਦੇ ਪ੍ਰੇਮ ਵਿੱਚ ਪੱਕੇ ਰਹਾਂਗੇ। ਇੰਨਾ ਨਵਾਂ ਜੋ ਮਾਸ ਨਹੀਂ ਵੱਖ ਹੁੰਦਾ, ਅਸੀਂ ਉਸ ਤਰ੍ਹਾਂ ਹਾਂ ਜਿਸ ਤਰ੍ਹਾਂ ਨੋਵਾਂ ਤੋਂ ਮਾਸ ਵੱਖਰਾ ਨਹੀਂ ਹੁੰਦਾ। ਜਦ ਤੱਕ ਸੂਰਜ ਚੰਨ ਚੜ੍ਹਦੇ ਰਹਿਣਗੇ,
ਸਾਡਾ ਪਿਆਰ ਉਦੋਂ ਤੱਕ ਪੱਕਾ ਰਹੇਗਾ। ਇਸ ਇਸ਼ਕ ਦੀ ਛਿੜੇਗੀ ਵਾਰ ਮਹੀਆ। ਹੁਣ ਇੱਥੇ ਕ੍ਰਿਸ਼ਨ ਜੀ ਨੂੰ ਕਹਿੰਦੀ ਹੈ ਕਿ ਸੰਸਾਰ ਵਿੱਚ ਜਦੋਂ ਵੀ ਇਸ਼ਕ ਦੀਆਂ ਗੱਲਾਂ ਹੋਣਗੀ, ਜਿੱਥੇ ਚਾਰ ਬੰਦੇ ਬਹਿਣਗੇ, ਕੜੀਆਂ ਕੁਬਜਾਂ ਦਾ ਕਿਸੇ ਨਹੀਂ ਨਾ ਲੈਣਾ, ਤੇ ਜਿਹੜੀ ਕੁਬਜਾ ਹੈ, ਕੁਬੀ ਮਾਲਣ ਹੈ, ਉਸ ਦਾ ਕ੍ਰਿਸ਼ਨ ਜੀ ਦੇ ਨਾਲ ਕਿਸੇ ਨੇ ਨਾਮ ਨਹੀਂ ਲੈਣਾ। ਉੱਥੇ ਹਮੇਸ਼ਾ ਕ੍ਰਿਸ਼ਨ ਜੀ ਤੇ ਰਾਧਾ ਜੀ ਦਾ ਨਾਮ ਲਿਆ ਜਾਵੇਗਾ। 360 ਜੁੜ ਪਈ ਨਾਰ ਤੈਨੂੰ, ਜਮ ਹੋਣ ਪਏ ਦੂਣੇ ਇਕਬਾਲ ਤੇਰੇ, ਪਰਲੋ ਤੀਕ ਪਰ ਮੰਦਰਾਂ ਵਿੱਚ ਚਾਤਰੀ ਏਸੇ ਬੰਦੀ ਨੇ ਵਸਣਾ ਨਾਲ ਤੇਰੇ। ਇੱਥੇ ਭਾਈ ਤਨੀ ਰਾਮ ਚਾਤਰੀਕ ਜੀ ਹੀ ਆਪਣੇ ਵੱਲੋਂ ਕਹਿੰਦੇ ਹਨ ਕਿ ਚਾਹੇ ਕ੍ਰਿਸ਼ਨ ਜੀ ਦੇ ਨਾਲ 360 ਨਾਰਾਂ ਜੁੜ ਪਈਆਂ ਤੇ ਬਹੁਤ ਸਾਰੇ ਉਹਨਾਂ ਦਾ ਅੱਗੇ ਪਰਿਵਾਰ ਵੱਧਦਾ ਰਿਹਾ, ਪਰ ਪਰਲੋ ਤੱਕ ਆਉਂਦੇ ਸਮੇਂ ਤੱਕ, ਰਹਿੰਦੇ ਸਮੇਂ ਤੱਕ ਕੀ ਹੈ, ਮੰਦਰਾਂ ਦੇ ਵਿੱਚ ਕ੍ਰਿਸ਼ਨ ਜੀ ਦੇ ਨਾਲ ਰਾਧਾ ਹੀ ਵਸੇਗੀ ਤੇ ਹਮੇਸ਼ਾ ਰਾਧਾ ਦਾ ਨਾਮ ਹੀ ਲਿਆ ਜਾਵੇਗਾ। ਥੈਂਕ ਯੂ।